ਅੱਸੀ ਗਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਮਾਡਰ ਦੀ ਸਟੋਰੀ ਸੁਣਾਵਾਂਗੇ ਜਿਹੜਾ ਯੂਪੀ ਦੇ ਵਿੱਚ ਦੋ ਕੁੜੀਆਂ ਦੀਆਂ ਮਾਰ ਕੇ ਉਹਨਾਂ ਨੂੰ ਨਦੀ ਵਿੱਚ ਸੁੱਟਦਾ ਸੀ ਬੋਰੇ ਦੇ ਵਿੱਚ ਪਾ ਕੇ ਇਹ ਇੱਕ ਯੂਪੀ ਦਾ ਸ਼ਹਿਰ ਹੈ ਚਲਾਉਣ ਸ਼ਹਿਰ ਉੱਥੇ ਵਿੱਚ ਨੇ ਇੱਕ ਨਦੀ ਪੈਂਦੀ ਹੈ ਨੂਨ ਨਦੀ ਤੇ ਉੱਥੇ ਦੋ ਕੁੜੀਆਂ ਦੀ ਲਾਸ਼ਾਂ ਮਿਲ ਗਈਆਂ ਸੀ ਜਾਂ ਪੁਲਿਸ ਨੂੰ ਉਹਨਾਂ ਕੁੜੀਆਂ ਨੂੰ ਵੱਢ ਕੇ ਨਾ ਬੋਰੇ ਦੇ ਵਿੱਚ ਪਾ ਕੇ ਸੁੱਟਦਾ ਸੀ ਤੇ ਉਹਨਾਂ ਨੇ ਆਸ-ਪਾਸੇ ਪਤਾ ਕੀਤਾ ਪਰ ਕਿਸੇ ਨੇ ਦੱਸਿਆ ਨਹੀਂ ਵੀ ਹਾਂ ਕੁੜੀਆਂ ਦੀ ਪਛਾਣ ਨਹੀਂ ਹੋਈ ਵੀ ਕੌਣ-ਕੌਣ ਨਹੀਂ ਹੈ। ਤੇ ਥੋੜੇ ਟਾਈਮ ਬਾਅਦ ਕੁੜੀਆਂ ਦੇ ਪਰਿਵਾਰ ਵਾਲਿਆਂ ਨੇ ਰਿਪੋਰਟ ਲਖਾਈ ਵੀ ਸਾਡੀਆਂ ਕੁੜੀਆਂ ਇਦਾਂ ਕਰਕੇ ਅਗਵਾ ਹੋ ਗਈਆਂ ਤੇ ਸਾਡੇ ਘਰ ਨਹੀਂ ਹੈਗੇ ਇੰਨਾ ਟਾਈਮ ਹੋ ਗਿਆ ਤੇ ਜਾਂ ਤਾਂ ਉਹਨਾਂ ਨੂੰ ਕਿਸੇ ਨੇ ਮਾਰਤਾ। ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਤੇ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਵੀ ਕੀ ਹੋਇਆ ਕੁੜੀਆਂ ਨੂੰ ਉਹਨਾਂ ਦੇ ਪਿਓ ਤੇ ਉਹਨਾਂ ਜਵਾਈ ਨੇ ਰਲ ਕੇ ਦੋਨਾਂ ਨੇ ਮਾਰੇ ਸੀ ਕਤਲ ਕਰਤਾ ਸੀ। ਬੋਰੇ ਵਿੱਚ ਪਾ ਕੇ ਨਦੀ ਸੁੱਟਦਾ ਸੀ ਯੂਪੀ ਦੇ ਵੱਜੇ ਨਾ ਇੱਕ ਆਈਜੀ ਆਸ਼ੂतोष पांडे ਉਹਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਸੀ ਕਿ ਕੁੜੀਆਂ ਨੂੰ ਕਿਹਨੇ ਮਾਰਿਆ ਜਾਂ ਕਿੱਦਾਂ ਮਾਰਿਆ ਉਹਨੂੰ ਕਿੱਦਾਂ ਪਤਾ ਲੱਗਾ ਉਹਦਾ ਇੱਕ ਖ਼ਬਰੀ ਸੀਗਾ ਆਈਜੀ ਦਾ ਉਹਨੇ ਆਈਜੀ ਨੂੰ ਖ਼ਬਰ ਦਿੱਤੀ ਬਈ ਜਲੌਂਦਿਆਂ ਨੇੜੇ ਪਿੰਡਾਂ ਤਮਾ ਪਿੰਡ ਪਿੰਡਾ ਇੱਕ ਉੱਥੋਂ ਦੇ ਕਹਿੰਦਾ ਇੱਕ ਜਤਿੰਦਰ ਸਿੰਘ ਨਾਂ ਦਾ ਬੰਦਾ ਉਧੀਆਂ ਕੁੜੀਆਂ ਦੋ ਪ੍ਰੇਮੀ ਦੇ ਨਾਲ ਭੱਜ ਗਈਆਂ ਸੀਗੀਆਂ ਤੁਸੀਂ ਉਹਨਾਂ ਕੋਲੋਂ ਵੀ ਪਤਾ ਕਰੋ ਜਾ ਕੇ ਜਦੋਂ ਉਹਨਾਂ ਨੇ ਪਤਾ ਕੀਤਾ ਤਾਂ ਉਹੀ ਸੀ ਕੁੜੀ ਤਾਂ ਪਿਓ ਜਿਹਨਾਂ ਨੇ ਰਿਪੋਰਟ ਲਖਾਈ ਸੀ ਤੇ ਉਹ ਪਿੰਡ ਤੋਂ ਵੀ ਗਾਇਬ ਸੀ ਉਹ ਬਹੁਤ ਦਿਨਾਂ ਦਾ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਚੱਕ ਲਿਆ ਜਤਿੰਦਰ ਸਿੰਘ ਨੂੰ ਜਤਿੰਦਰ ਤੋਂ ਜਦੋਂ ਉਹਨਾਂ ਨੇ ਪੁੱਛਗਿਸ਼ ਕੀਤੀ ਮਤਲਬ ਚੰਗੀ ਤਰ੍ਹਾਂ ਸ਼ਕਤੀ ਨਾਲ ਪੁੱਛਿਆ ਪਹਿਲਾਂ ਤਾਂ ਨਹੀਂ ਮੰਨਿਆ ਫਿਰ ਜਦੋਂ ਉਹਨਾਂ ਨੇ ਆਪਣੇ ਹਿਸਾਬ ਨਾਲ ਮਨਾਇਆ ਫਿਰ ਮੰਨਿਆ ਕਹਿੰਦਾ ਹਾਂ ਵੀ ਇਹ ਦੀਆਂ ਕੁੜੀਆਂ ਕਹਿੰਦਾ ਜਿਵੇਂ ਗਰੀਬ ਪਰਿਵਾਰ ਦੇ ਮੁੰਡਿਆਂ ਨਾਲ ਭੱਜੀਆਂ ਜਿਵੇਂ ਯੂਪੀ ਵਿੱਚ 달ਿਤ ਮੰਨਦੇ ਹਨ 달ਿਤ ਪਰਿਵਾਰ ਦੇ ਮੁੰਡਿਆਂ ਦੇ ਨਾਲ ਭੱਜੀਆਂ ਸੀ ਕਹਿੰਦਾ ਇਸ ਕੇੰਦਾ ਅਸੀਂ ਉਹਨਾਂ ਨੂੰ ਕੁੜੀਆਂ ਨੂੰ ਘਰ ਬੁਲਾ ਕੇ ਦੋਨਾਂ ਨੂੰ ਮੈਂ ਤਾਂ ਮੇਰਾ ਜਵਾਈ ਸੀ ਕਹਿੰਦਾ ਤੇ ਕਹਿੰਦਾ ਸੀ ਦੋਨਾਂ ਦਾ ਕਤਲ ਕਰ ਕੇ ਨਾ ਜੀ ਸੁੱਟਦਾ ਸੀ